स्वागत है किसान वीरों तुहाडा अपने यूट्यूब चैनल ते लो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लिओ ते नाल लग्या बैल आइकॉन दा बटन जरूर प्रेस कर लिओ तां जो अपनी हर नवीं आउण वाली वीडियो दा नोटिफिकेशन सब तों पहलां तुहानूं मिल सके। सो किसे भी वीर ने इदां दी अड़ करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84270-19817। सो अज्ज आपां तुहानूं काफ़ी सारे नाग गिनती दिखाउणे आ जर्सी ते अगे क्रॉस ਦੇ ਪਹਿਲੇ ਨੰਬਰ ਵਾਲੀ ਤਾਜ਼ੀ ਸੂਈ ਹੋਈ ਅਤੇ ਅੱਗੇ 5 HF ਵਿਹੜਾਂ 5 ਤੋਂ ਲੈ ਕੇ 7 ਮਹੀਨਿਆਂ ਦੇ ਬਿਟਵੀਨ ਗੱਬਣਾ ਚੈੱਕ ਪਾਸ ਆ ਚੰਗੇ ਫਾਰਮਾਂ ਜਾਂ ਵਿਦ ਰਿਕਾਰਡ ਸਾਰੇ ਚੰਗੇ ਸੀਮਨ ਲੱਗੇ ਹੋਏ ਇਹਨਾਂ ਦੇ 5 ਲੋਟ ਇਕੱਠਾ ਜੇਕਰ ਖੇਦੂਗਾ ਤਾਂ ਇਕੱਠੀ ਵੀਰ ਕਹਿੰਦਾ ਛੋੜ ਵਗੈਰਾ ਹੋ ਜੂਗੀ ਚੰਗੀਆਂ ਪਿਓਰ HF ਦੇ ਵਿੱਚ ਅੱਗੇ ਸਰਦੀਆਂ ਦੇ ਵਿੱਚ ਇਹਨੇ ਸੂਣੀਆਂ। ਜੇਕਰ ਕੋਈ ਵੀਰ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ ਵਪਾਰ ਦਾ ਜਾਂ ਆਪਣਾ ਡੇਅਰੀ ਫਾਰਮਿੰਗ ਦਾ ਤਾਂ ਉਹਦੇ ਲਈ ਇਹ ਸੁਨਹਿਰੀ ਮੌਕਾ ਕਿਉਂਕਿ ਇੱਕੋ ਘਰ ਉਸਨੂੰ 5 HF ਵਿਹੜਾਂ ਮਿਲਣਗੀਆਂ। ਕਿਉਂਕਿ ਜੇਕਰ ਆਪਾਂ ਤਾਜ਼ਾ ਪਸ਼ੂ ਖਰੀਦਦੇ ਥੋੜ੍ਹੀ ਪੇਮੈਂਟ ਜ਼ਿਆਦਾ ਇਨਵੈਸਟ ਹੁੰਦੀ ਆ। 5 ਪਸ਼ੂ ਆਪਾਂ ਖਰੀਦ ਕੇ ਅੱਗੇ ਤਿਆਰ ਕਰ ਸਕਦੇ ਹਾਂ, ਅੱਗੇ ਆਪਣਾ ਦੁੱਧ ਵਗੈਰਾ ਡੇਅਰੀ ਦਾ ਪਾਉਣਾ ਤਾਂ ਚੰਗਾ ਔਫਰ ਹੋਊਗਾ। 5 ਵਿਹੜਾ ਇੱਕੋ ਕਰੋ ਚੰਗੀਆਂ ਕੁਆਲਿਟੀ ਵਾਲੀਆਂ ਫੁੱਲ ਹਾਈਟ ਦੇ ਵਿੱਚ। ਸੋ ਅੱਗੇ ਕਰਦੇ ਵੀਡੀਓ ਸਟਾਰਟ ਆਪਾਂ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਐਡਰੈਸ ਵਗੈਰਾ ਕਨਫਰਮ ਕਰਾ ਦਿਓ। ਅਤੇ ਮੋਬਾਈਲ ਨੰਬਰ ਵੀਰੇ ਆਪਣਾ 95-308-0195। ਫਿਰ ਪਹਿਲੇ ਨੰਬਰ ਆਪਾਂ ਜਿਹੜੀ ਵਿਹੜ ਦੇਖਦੇ ਪਏ ਹਾਂ, ਸੂਈ ਨੂੰ ਟਾਈਮ ਕਿੰਨਾ ਹੋ ਗਿਆ? 3 ਘੰਟੇ ਹੋ ਗਏ ਸੂਈ ਨੂੰ। ਠੀਕ ਹੈ, ਥੋੜ੍ਹੀ ਕ੍ਰੋਸ ਆ ਗਈ ਨਾ? ਥੋੜ੍ਹੀ ਨਾਰਮਲ ਕ੍ਰੋਸ। ਠੀਕ ਹੈ, ਹਵਾਨਾ ਵਗੈਰਾ ਬਹੁਤ ਭਾਰਾ ਇਹਦਾ ਤੇ ਜੇਰ ਵਗੈਰਾ ਕੰਮ ਡਨ ਹੋ ਗਏ ਜਮ? ਠੀਕ ਹੈ, ਦੁੱਧ ਕਿੰਨਾ ਪਾਇਆ ਪਹਿਲਾਂ ਨੇ? ਠੀਕ ਆ, ਹੁਣ ਕਿੰਨੀ ਉਮੀਦ ਹੈ ਇਸ ਤੋਂ? ਉਮੀਦ ਤਾਂ ਵੀ ਵਧੀਆ, ਕੇਅਰ ਤੇ 34-35 ਕਿਲੋ ਉਹਨਾਂ ਨੇ 30 ਕਿਲੋ ਤਾਂ ਨਾਰਮਲ ਦੇ ਦਿੱਤੀ, ਬਹੁਤ ਵਧੀਆ ਗਈ ਐਡਾ, ਬਿਲਕੁਲ ਕੋਈ ਦਿੱਕਤ ਨਹੀਂ। ਬਾਕੀ ਹਵਾਨਾ ਬਹੁਤ ਭਾਰਾ ਜਮਾ, ਦੁੱਧ ਵਾਲੀ ਗੱਡੀ ਆ ਜਮਾ ਇਹ ਤੇ ਥਾਂ ਲੈਵਾ ਦੇਖੋ, ਦੂਸਰੀ ਸਾਈਡ ਤੇ ਥਾਂ ਨਹੀਂ ਦਿਖਾਈ ਦਿੰਦਾ ਤੇ ਥਾਂ ਥੋੜੇ ਮਸ਼ੀਨ ਦੇ ਕੰਮ ਦੀ ਚਵਾਈ ਦੇਣਾ। ਨਹੀਂ ਨਹੀਂ ਵੀਰ, ਮੁੱਠੀ ਦਾ ਥਾਂ ਨਾ ਬਹੁਤ ਵਧੀਆ। ਠੀਕ ਹੈ, ਹਵਾਨਾ ਬਹੁਤ ਤਕੜਾ ਪੂਰਾ, ਚੰਗਾ ਜੋਸ਼ ਵਾਲਾ ਤੇ ਬਾਕੀ ਪੂਰੇ ਪੀੜੀ ਦੇ ਪਾਵੇ ਟੈਪ ਜਮਾ ਥਾਂ ਲੱਗਿਆ ਦੇਖ ਸਕਦੇ ਹੋ, ਚੰਗਾ ਬਿੱਥੀ ਤੇ ਥਾਂ ਲੱਗਿਆ ਹੋਇਆ। ਤਾਜ਼ੀ ਅੱਜ ਹੀ ਸੂਈ ਆ ਵੀਰ ਦੇ ਕੋਲੇ ਤੇ ਸੂਆ ਦੂਸਰਾ ਸੂਈ ਆ ਤੇ ਦੇਖਣ ਨੂੰ ਕੀ ਫਿਰ ਵੀਰ ਕਹਿਣਗੇ ਤੀਸਰਾ ਸੂਆ। ਹਵਾਨਾ ਦੇਖ ਕੇ ਇਹ ਕ੍ਰੋਸ ਯੂਸ ਟੈਪ ਦੀ ਹੈਗੀ, ਹਵਾਨਾ ਤਕੜੇ ਹੁੰਦੇ ਇਹਨਾਂ ਦਾ ਕਿਉਂਕਿ ਦੁੱਧ ਦੀ ਕਪੈਸਿਟੀ ਹਵਾਨੇ ਦੇ ਹਿਸਾਬ ਨਾਲ ਹੀ ਹੁੰਦੀ ਹੈ। ਹਵਾਨਾ ਦੇਖ ਕੇ ਦੇਖਿਆ ਭਾਈ, ਇੱਦਾਂ ਦਾ ਲਫਾਫਾ ਲੈ ਕੇ ਦੁੱਧ ਪਾਈਏ ਘੱਟੋ ਘੱਟ ਉਹਦੇ ਵਿੱਚ ਦੇਖੀਏ, ਹਾਈ ਉਹ 30 ਲੀਟਰ ਦੁੱਧ ਪੈ ਜੂਗਾ ਆਰਾਮ ਨਾਲ। ਅਤੇ ਬਾਕੀ ਦੇਖੋ ਬਹੁਤ ਤਕੜੀ ਸੋਹਣੀ ਸੁਨੱਖੀ ਵਿਹੜ ਆ ਜਮੂ, ਲੰਬੀ ਤੋਰ ਵੀਰੇ ਸਮਾਰਕੇ ਨੂੰ। ਚਲੋ ਫੇਸ ਕੁਆਲਿਟੀ ਵਗੈਰਾ ਦੇਖੋ ਇਹਦੀ, ਕੱਦ ਕਾਠ ਜਾਣ ਵਗੈਰਾ ਬਹੁਤ ਹੈ ਚੰਗੀ, ਦੇਖ ਸਕਦੇ ਪੂਰੀ ਤਕੜੀ ਜਮਾ ਘਰ ਦਾ ਸ਼ਿੰਗਾਰ ਮੰਨ ਲਓ ਜਿਹੜਾ ਵੀਰ ਲੈ ਗਿਆ ਇਹਨੂੰ। ਹਾਂਜੀ ਵੀਰੇ, ਮਣੀ ਮੁੱਟੀ ਚਵਾਈ ਕਰੀਏ ਫਿਰ ਇਹਦੀ? ਠੀਕ ਹੈ, ਮਤਲਬ ਚਵਾਈ ਵਗੈਰਾ ਸਹੀ ਨਿਕਲੀ ਹੈ? ਅਤੇ ਮੁੱਲ ਵੀਰੇ ਦਾ? ਠੀਕ ਹੈ ਸਰ, ਮੁੱਲ ਵੀਰ ਕਹਿੰਦਾ ਫੋਨ 'ਤੇ ਕਰਾਂਗੇ। ਹਵਾਨਾ ਦੂਸਰੀ ਸਾਈਡ 'ਤੇ ਵੀ ਦੇਖ ਲਓ, ਪੂਰਾ ਚੰਗਾ ਸੋਹਣਾ ਹਵਾਨਾ ਠੰਡਾ ਦੇਖ ਸਕਦੇ, ਪੂਰਾ ਕਿਆ ਪਤਾ ਲੇਵਾ ਬਹੁਤ ਸੋਹਣਾ ਥਾਂ, ਪੂਰਾ ਮੁੱਠੀ ਵਾਲਾ ਗੁੱਲੇ ਵਾਲਾ ਥਾਂ ਲੱਗਿਆ ਹੋਇਆ ਇਹਦੇ। ਸਰ ਇਹ ਸੀਗੀ ਪਹਿਲੇ ਨੰਬਰ ਵਾਲੀ ਬਲੈਕ ਕਲਰ ਦੇ ਵਿੱਚ ਦੁੱਧ ਵਾਲੀ ਗੱਡੀ। ਹਾਂਜੀ ਵੀਰੇ, ਦੂਜੇ ਨੰਬਰ ਜਿਹੜੇ HF ਬੱਚੀ ਦੇਖਦੇ ਪਏ ਆਪਾਂ, ਇਹਦੀ ਏਜ ਕਿੱਡੀ ਕੁ ਗੱਭੜ ਕਿੰਨੇ ਚਾਹੀਦੇ? ਆਪਣੇ ਕੋਲ 7 ਬੱਚੇ ਨੇ। ਠੀਕ ਹੈ, ਇੱਕੇ ਫਾਰਮ ਦੀਆਂ। ਠੀਕ ਹੈ, ਤੇ ਵਧੀਆ ਰਿਕਾਰਡ ਆ, ਦੋ ਪਾਸੇ ਹੋਰ ਖੜੀਆਂ ਅਨੇ ਵਿੱਚ ਹੀ ਖੜੀ ਹੋਈ ਆਪਣੇ ਸੱਤੇ ਦੇ। ਠੀਕ ਹੈ, ਤੇ ਵਧੀਆ ਮੰਨ ਕੇ ਪੂਰੇ ਵਧੀਆ ਰਿਕਾਰਡ ਦੀਆਂ ਨੇ, ਵਧੀਆ ਫਾਰਮ ਦੀਆਂ ਨੇ। ਠੀਕ ਹੈ, ਤੇ ਵਧੀਆ ਮੰਨ ਕੇ ਵੀ ਜਿਹੜੇ ਮਾਵਾਂ ਨੇ ਸਾਰੀਆਂ ਮਦਰ ਸਾਰੀਆਂ ਵਧੀਆ ਨੇ, ਕਿਉਂਕਿ ਫਾਰਮ ਦੇ ਵਿੱਚ 35-40 ਤੋਂ ਪਲੱਸ ਬੈੱਡ ਰੱਖਦੇ ਆ, ਜੈਟ ਵੈਕਸੀਨੇਸ਼ਨ ਵਗੈਰਾ ਸਾਰਾ ਕੁਝ ਇਹਨਾਂ ਦਾ ਹੋਇਆ ਹੋਇਆ ਹੈਗਾ। ਠੀਕ ਹੈ, ਤੇ ਇਹ ਬੱਚੇ ਮੰਨ ਕੇ ਜਿਹੜੇ ਇੱਕ ਬੱਚੇ ਇਹਨਾਂ ਦੇ ਵਿੱਚ ਹੈਗੀ ਆ ਜਿਹੜੀ 5.5 ਤੋਂ 6 ਦੇ ਵਿੱਚ ਪ੍ਰੈਗਨੈਂਟ ਆ। ਠੀਕ ਹੈ, ਬਾਕੀ ਸਾਰੀਆਂ ਮੰਨ ਕੇ ਵੀ 6.5 ਤੋਂ 7 ਦੇ ਵਿੱਚ। ਤੇ ਇਹ ਪਹਿਲੇ ਨੰਬਰ ਵਾਲੀ ਇਹ ਵੀਰੇ 7 ਮੰਥ ਦੀ ਪ੍ਰੈਗਨੈਂਟ, 7 ਮੰਥ ਦੀ ਪ੍ਰੈਗਨੈਂਟ, ਗੱਬਣ ਚੈੱਕ ਪਾਸ। ਦੰਦੋ ਕਿਵੇਂ ਵੀਰੇ? ਦੋ ਦੰਦ ਆ, ਥਾਂ ਲੈਵਾ ਦੇਖੋ ਸਾਫ਼ ਸੁਥਰਾ, ਤੋਰ ਕੇ ਆਪਾਂ ਤੁਹਾਨੂੰ ਦਿਖਾਉਂਦੇ ਨਹੀਂ ਕਿਉਂਕਿ ਫਾਰਮ 'ਚ ਖੁੱਲ੍ਹੀਆਂ ਫਿਰਦੀਆਂ ਆਈਆਂ ਗੀਆਂ, ਸਵੀਆਂ ਪਹਿਲਾਂ ਚੰਗੀਆਂ ਗੀਆਂ। ਇਹ ਸੀਗੀ ਦੂਜੇ ਨੰਬਰ ਵਾਲੀ, 6.5 ਮਹੀਨੇ ਦੀ ਗੱਬਣ, 7 ਮਹੀਨੇ ਗੱਬਣ ਚੈੱਕ ਪਾਸ। ਅੱਗੇ ਵੀਰੇ ਤੀਜੇ ਨੰਬਰ ਵਾਲੀ, ਇਹਦਾ ਕਲਰ ਦੇਖੋ, ਫੇਸ ਕੁਆਲਿਟੀ ਦੇਖਣ ਵਾਲੀ ਜਮਾ, ਇਹ ਬਿਲਕੁਲ ਜਿਵੇਂ ਬਾਹਰਲੀ ਆਪਾਂ ਆਸਟ੍ਰੇਲੀਆ ਵਗੈਰਾ ਦੇਖਦੇ ਹਾਂ, ਗੋਰਿਆ ਵਗੈਰਾ ਕੋਲ ਫੜੀਆਂ ਹੁੰਦੀਆਂ ਗਈਆਂ, ਇੱਦਾਂ ਦੀ ਫੇਸ ਕੁਆਲਿਟੀ ਹੁੰਦੀ ਹੈ ਅਤੇ ਕੱਦ ਕੱਦ ਪੂਰਾ ਖੁੱਲ੍ਹਾ। ਇਹ ਵੀਰੇ ਦੰਦੋ ਦੋਂਦੀ ਹੈ, ਚੌਕੀ ਇਹ ਚੌਕੀ ਇਹ ਚੌਕੀ ਹੈ। ਥਾਂ ਲੈਵਾ ਦੇਖੋ, ਪੂਰਾ ਸੋਹਣਾ ਸਾਫ਼ ਸੁਥਰਾ, ਅਤੇ ਕੋਈ ਸਾਖ ਵਗੈਰਾ ਤਾਂ ਨਹੀਂ ਵੀਰੇ ਕਿਸੇ ਦੇ? ਕਿਸੇ ਦੇ ਕੋਈ ਸਾਖ ਵਗੈਰਾ ਨਹੀਂ। ਹਾਂ ਚੰਗਾ, ਅਤੇ ਇਹ ਵੀਰੇ ਆਪਣੀ ਤੀਜੇ ਨੰਬਰ ਵਾਲੀ, ਇਹ ਕਿੰਨਾ ਚਿਰ ਦੀ ਗੱਬਣ? 7 ਮਹੀਨੇ ਜੀ, ਵੀ 7 ਮਹੀਨੇ ਗੱਬਣ ਚੈੱਕ। ਠੀਕ ਹੈ, ਛੋਟੇ ਚੈੱਕ ਕਰਵਾਈ ਜਾਵਾਂ। ਠੀਕ ਹੈ, ਅੱਗੇ ਵੀਰੇ ਚੌਥਾ ਨੰਬਰ, 6.5 ਮਹੀਨੇ ਗੱਬਣ ਚੈੱਕ ਪਾਸ। ਥਾਂ ਲੈਵਾ ਕੈਮਰੇ ਦੇ ਸਾਹਮਣੇ ਆ, ਕੋਈ ਸਾਖ ਵਗੈਰਾ ਨਹੀਂ, ਸਾਫ਼ ਸੁਥਰਾ। ਠੀਕ
ਠੀਕ ਹੈ ਯਾਰ ਆਪਾਂ ਹੀਫਰ ਲੈ ਕੇ ਤਿਆਰ ਕਰਨੇ ਹੁਣ ਗੱਪਣ ਚੈੱਕ ਪਾ ਕੇ ਹੁਣ ਇਦਾਂ ਦੇ ਵੀ ਜਿੱਦਾਂ ਬਰੀਡ ਤਿਆਰ ਕਰਦਾ ਹਰੇਕ ਬੰਦਾ ਜਿੱਦਾਂ ਵੀ ਆਹ ਬਰੀਡ ਹੈ ਇਦਾਂ ਹੀ ਤਿਆਰ ਕਰਨ ਕਰਨ ਖਾਤਰ 7-8 ਸਾਲ ਲੱਗ ਜਾਂਦੇ ਜਿਹੜਾ ਨਵਾਂ ਬੰਦਾ ਸ਼ੁਰੂ ਕਰਦਾ ਹੈ ਕਰਨਾ ਠੀਕ ਹੈ ਉਹ ਵਪਾਰੀ ਕੋਲ ਪਸ਼ੂ ਮਿਲ ਜਾਂਦਾ ਠੀਕ ਹੈ ਕਿ ਨਹੀਂ ਆਪਣੀ ਇੱਕ ਫਾਰਮ ਦੀਆਂ ਲਈਆਂ ਹੋਈਆਂ ਬੱਚੀਆਂ ਨੇ ਇਹ ਠੀਕ ਹੈ ਹੁਣ ਫਾਰਮ ਵਾਲੇ ਮੰਨ ਕੇ ਚੱਲ ਵੀ ਥੋੜਾ ਸੈਲੇਜ ਵਗੈਰਾ ਖਰਚਾ ਵਗੈਰਾ ਹੁੰਦਾ ਉਹਦਾ ਕਰਕੇ ਥੋੜਾ ਪੈਸਾ ਇਨਵੈਸਟਮੈਂਟ ਹੁੰਦੀ ਹੈ ਕਿ ਨਹੀਂ ਨਹੀਂ ਮੰਨ ਲਓ ਕਿ ਸੇਲ ਕਰਦਾ ਨਹੀਂ ਤਾਂ ਪਸ਼ੂ ਤਿਆਰ ਕੀਤਾ ਸੁਭਰੋ ਬਾਕੀ ਫਾਰਮ ਵਗੈਰਾ ਕੰਮ ਹੋਵੇ ਕਿਉਂਕਿ ਖਰਚਾ ਵਗੈਰਾ ਬਹੁਤ ਆਉਂਦਾ ਰਹਿੰਦਾ ਠੀਕ ਹੈ ਸੁਭਰੋ ਇਹ ਸੀਗੀ ਆਪਣੀ ਚੌਥੇ ਨੰਬਰ ਦੇ ਫੁੱਲ ਬਰੀਡ ਦੇ ਵਿੱਚ ਇਹ ਕਿੰਨਾ ਟਾਈਮ ਦੀ ਗੱਭਣ ਚੈੱਕ ਆਈ ਤੇ ਦੰਦੋ ਦੁੰਦ ਹੀ ਲੱਗਦੀ ਹੈ ਦੋ ਦਿਨ 6.5 ਮਹੀਨੇ ਗੱਭਣ ਚੈੱਕ ਪਾ ਥਣ ਜਿਵੇਂ ਇਕੱਲਾ ਇਕੱਲਾ ਤੇ ਅੱਗੇ ਆ ਗਈ ਵੀਰੇ ਆਪਣਾ ਇਹ ਵੀਰੇ 7 ਮੰਥ ਦੀ ਪ੍ਰੈਗਨੈਂਟ 7 ਮੰਥ ਦੀ ਥਾਣੇ ਦਾ ਵੀ ਦੇਖ ਸਕਦੇ ਸੋਹਣਾ ਦੋ ਦੰਦ 7 ਮਹੀਨੇ ਦੇ ਵਿੱਚ ਵੀਰੇ ਕੋਈ ਪੱਛੀ ਮਾਰ ਪਾਉਣ ਵਾਲੀ ਬੱਚੀ ਨਹੀਂ ਜੀ ਮੰਨ ਕੇ ਪੂਰੇ ਟੌਪ ਬਰੀਡ ਦੀ ਬੱਚੀ ਹੈ ਇਹ ਆ ਗਿਆ ਕਿ 6ਵਾਂ ਨੰਬਰ ਹੈ ਨਾ ਹਾਂਜੀ ਇਹ ਵੀ ਵੀਰੇ 7 ਮੰਥ ਪ੍ਰੈਗਨੈਂਟ ਆ 7 ਮੰਥ ਇਹਦੇ ਵੀ ਥਾਣ ਦਿਖਾ ਦਈਏ ਮੜੇ ਜਿਹਾ ਮੇਰਾ ਥਾਣ ਵਗੈਰਾ ਦੇਖੋਗੇ ਸੋਹਣੇ ਆ ਤੇ ਦੋ ਢਾਈ ਢਾਈ ਮਹੀਨੇ ਬਾਅਦ ਬਰੀਡ ਲੱਗ ਗਿਆ ਬਰੀਡ ਦੇ ਪੱਖੋਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਬਰੀਡ ਜੇ ਕੋਈ ਸਾਰੀਆਂ ਇਕੱਠੀਆਂ ਲੈਣ ਵਾਲਾ ਹੋ ਵੀਰੇ ਉਹ ਆਪਾਂ ਉਦਾਂ ਦਾ ਭਾਅ ਹੋ ਜੂਗਾ ਠੀਕ ਹੈ ਤੇ ਮਨੇ ਕੱਲੀ ਕੱਲੀ ਨੂੰ ਤਾਂ ਜੇਕਰ ਕੋਈ ਵੀਰ ਦੂਰ ਤੋਂ ਮੰਗਵਾਉਣਾ ਚਾਹੁੰਦਾ ਹੋਇਆ ਆਨਲਾਈਨ ਸੋ ਤੋਂ ਭੇਜ ਦਾਂ ਹਾਂ ਵੀਰੇ ਜਿੱਦਾਂ ਕੋਈ ਵਧੀਆ ਮੰਨ ਕੇ ਇਹ ਤਾਂ ਹੈ ਨਹੀਂ ਵੀਰੇ ਕਈ ਵਾਰ ਬੰਦਾ ਕਹਿੰਦਾ ਵੀ ਪਤਾ ਨਹੀਂ 35-40 ਹਜ਼ਾਰ 45 ਹਜ਼ਾਰ ਵਾਲੇ ਬੱਚੇ ਆਉਣਗੀਆਂ ਠੀਕ ਹੈ 50 ਤੋਂ 12 ਨੇ ਨਹੀਂ ਵੀਰੇ ਜ਼ਿਆਦਾ ਵਧੀਆ ਬੱਚੀਆਂ ਨੇ ਚਲੋ ਬਾਕੀ ਗੱਲ ਆ ਉਹ ਫੋਨ ਤੇ ਕਰ ਲੈ ਕਈ ਵਾਰ ਕੋਈ ਅੱਗੇ ਸੇਲ ਪਰਚੇਜ ਵਾਲੇ ਬੰਦੇ ਲੈ ਜਾਂਦੇ ਨੇ ਫਿਰ ਦਿੱਕਤ ਆ ਜਾਂਦੀ ਹੈ ਠੀਕ ਹੈ ਠੀਕ ਹੈ ਹਾਂ ਤੇ ਇਹ ਸੀਗੀਆਂ ਆਪਣੀਆਂ 7ਵਾਂ ਨੰਬਰ ਅੱਗੇ ਇਹ ਬ੍ਰੇਕ ਕਿਹੜਾ ਕੀ ਹਿਸਾਬ ਕਿਤਾਬ ਇਹਦਾ ਇਹ ਵੀ ਦੋ ਦਾਂ ਦਾ ਵੀ ਦੋ ਦਾਂ ਦੇ ਕੱਦ ਘੱਟ ਬਹੁਤ ਵੱਡਾ ਇਹਦਾ ਨਾ ਬਹੁਤ ਜ਼ਿਆਦਾ ਵੀ ਇੱਕੇ ਫਾਰਮ ਦੇ ਨੇ ਬਰੀਡ ਦੇਖੋ ਬਰੀਡ ਸਾਰੀਆਂ ਪ੍ਰੋਪਰ ਸਾਰੀਆਂ ਇੱਕ ਫੁੱਲ ਬਰੀਡ ਚ ਸੂਰ ਦੇਖਣ ਨੂੰ ਐ ਲੱਗ ਜਿਵੇਂ ਦੂਜਾ ਸੂਆ ਹੋਣਾ ਬੋਡੀ ਵੇਟ ਦੇਖ ਕੇ ਤੇ ਦੋ ਦਾਂ ਦਾ ਆਦਾ ਕੀ ਬਾਤਾਂ ਜੇ ਮੈਂ ਇੱਕ ਨਾ ਕਹਿ ਸਕਦੇ ਨਾ ਇਹਨੂੰ ਆਪਾਂ ਤੇ ਥਾਂ ਲੈਵਾ ਦੇਖੋ ਇਹਦਾ ਜਵਾ ਲੈਵਾ ਚੰਗਾ ਇਹ ਕਿੰਨਾ ਟਾਈਮ ਦੀ ਸੱਤ ਇਹਦਾ ਵੀਰੇ 1 ਮਹੀਨਾ ਬਾਕੀ ਆ ਅੱਛਾ 8 ਮੰਥ ਦੀ ਆ ਸੂਰ ਇਹ ਸੀਗੇ ਆਪਾਂ ਤੁਹਾਨੂੰ ਦਿਖਾਤੇ ਆ ਬੱਚੀ ਇਹ ਕਾਲੀ ਬੱਚੀ ਹੈਗੀ ਅੱਗੇ ਨਾ ਇਹ ਵੀ ਡੈਨਮਾਰਕ ਦੇ ਵਿੱਚ ਆ ਇਹਨਾਂ ਦੇ ਨਾਲ ਹੀ ਆ ਵੀਰੇ ਇਹ ਬਲੈਕ ਕਲਰ ਚ ਆ ਗਈ ਇਹ ਕਿੰਨਾ ਟਾਈਮ ਦੀ ਕੱਪਣਾ ਇਹ 6.5 ਦੀ ਚੈੱਕ ਪਾਸ 6.5 ਮਹੀਨੇ ਦੀ ਲੋ ਵੀਰਾ ਦਾ ਸਨੈਰੀ ਮੌਕਾ ਲਾਦਾ ਆਪਾਂ ਤੁਹਾਡੀ ਖਾਤਰ ਇੱਕੋ ਕੁਰ ਕਿੰਨੀਆਂ ਹੋ ਗਈਆਂ ਇਹ 7 ਬੱਚੀਆਂ ਨੇ ਜੀ 7 ਬੱਚੀਆਂ ਹਿਪਰਾਂ ਗੱਪਣਾ ਚੈੱਕ ਪਾਸ ਸਾਰਾ ਵੀਰੇ ਰਿਕਾਰਡ ਵੀ ਮਿਲ ਜੀ ਉਹਨਾਂ ਦਾ ਪ੍ਰੋਪਰ ਸੂਰਾ ਇੱਕ ਦਾ ਨਾ ਦੋ ਨਾ ਇਕੱਠੀ ਤੁਹਾਡੇ ਕੋਈ ਫਿੱਟ ਆ ਮੇਰੇ ਹਿਸਾਬ ਨਾਲ ਜੇ ਕੋਈ ਵੀਰ ਕੋਲ ਜਗ੍ਹਾ ਵਗੈਰਾ ਹੈਗੀ ਆ ਅਚਾਰ ਵਗੈਰਾ ਪ੍ਰਬੰਧ ਹੈਗਾ 7 ਇਕੱਠੀਆਂ ਖਰੀਦੂਗਾ ਐਂ ਮੰਨ ਕੇ ਚੱਲੋ ਜੇ ਇਸ ਤਰ੍ਹਾਂ 10 ਕਿੱਲੇ ਠੇਕੇ ਦੇ ਪੈਲੀ ਲੈ ਕੇ ਆਪਾਂ ਉਹਦੇ ਇਨਵੈਸਟ ਵਗੈਰਾ ਕਰਦੇ ਹਾਂ ਤੇ ਚੰਗਾ ਰਹੂਗਾ ਵਧੀਆ ਪ੍ਰੋਫਿਟ ਹੋਊ ਇਹਦੇ ਵਿੱਚੋਂ ਸਰ 9ਵੇਂ ਨੰਬਰ ਜਿਹੜੇ ਆਪਾਂ ਬੈਠ ਦੇਖਦੇ ਪਏ ਆ ਇਹ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਠੀਕ ਹੈ ਜਿੱਦਾਂ ਵਿੱਚ ਭਾਈ ਕਹਿੰਦੇ ਨੇ ਇਹਨਾਂ ਦੁੱਧ ਨਹੀਂ ਦਿੰਦੀ ਵੀਰੇ ਨੇ ਰੀਅਲ ਦੇ ਵਿੱਚ 32 ਕਿਲੋ ਦੁੱਧ ਦਿੱਤਾ ਹੋਇਆ ਚੋਇਆ ਹੋਇਆ ਜਮ ਤੇ ਹੁਣ ਇਹ ਦਿਨ ਕਿੰਨੇ ਕ ਲੈਂਦੀ ਆ ਇਹਦੇ ਵੀਰੇ 10 ਦਿਨ ਬਾਕੀ ਆ 10 ਦਿਨ ਸੂਣ ਦੇ ਵਿੱਚ ਹੈਗੇ ਇਹਦੇ ਟੈਨਿੰਗ ਦੇਖ ਲਓ ਵੀਰੇ ਬਿਲਕੁਲ ਸਾਰਾ ਤੇ ਪਿੱਛੇ ਸ਼ਾਂਖਾਂ ਜਿਹਾ ਉਹਨੇ ਚੋਏ ਨੇ ਕੁਸਤਾ ਉਹ ਬਿਲਕੁਲ ਵੀਰੇ ਤਾਂ ਨਿਸ਼ਾਨ ਜੇ ਨੇ ਠੀਕ ਹੈ ਸੂਰ ਮਿਲਕਵੇਂ ਦੇਖੋ ਜਾ ਭਾਈ ਆ ਮਿਲਕਵੇਂ ਦੇਖ ਕੇ ਅੰਦਾਜ਼ਾ ਹੁੰਦਾ ਹੋਊਗਾ ਆ ਦੇਖੋ ਤੁਸੀਂ ਬਹੁਤ ਹੀ ਸੋਹਣੀ ਮੋਟੀ ਮਿਲਕ ਵੇਨ ਜਾਂਦੀ ਪਈ ਜਿੱਦਾਂ ਆਪਣੇ ਘਰੇ ਮੈਂ ਆਪਣੇ ਮਿਲਕ ਦੀ ਮੱਝ ਦੀ ਜਵਾਈ ਕਰਵਾਈ ਸੀ ਉਹਦੇ ਬਹੁਤ ਮੋਟੀ ਰਸਤੇ ਦੀ ਪੈਪ ਸੀਗੀ ਜਮਾ ਮਿਲਕ ਵੇਨ ਬਹੁਤ ਚੰਗਾ ਉਹਨੇ ਦੁੱਧ ਕੱਢਿਆ ਆਪਣੇ ਕੋਲ ਪਾਇਆ ਇੱਥੇ ਵਧੀਆ ਕੇਅਰ ਵਾਲਾ ਵੀਰੇ 35 ਕਿਲੋ ਦੁੱਧ ਦੇ ਦੂਗੀ ਨਹੀਂ 30 32 ਕਿਲੋ ਵਾਲੇ ਨੂੰ ਕੋਈ ਬਾਕੀ ਥੱਲੇ ਵੀਰੇ ਰਸਾ ਪੈ ਵੀਰੇ ਜਾਂਦੀ ਪਈ ਉਹ ਦੱਸ ਦਿੰਦੇ ਪਏ ਹਾਂ ਹਲੇ ਤਾਂ ਆਰਡਰ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਪਈ ਹੈ ਦਿਨ ਕਿੰਨੇ ਲੈਂਦੇ ਨੇ ਨੈਟ ਜੀ 10 12 ਮਿੰਟ ਇਹਦਾ ਨਹੀਂ ਮੁੱਲ ਕਰਨਾ ਨਹੀਂ ਵੀਰੇ ਸਾਰੀਆਂ ਆਪਣੀ ਤਕਰੀਬਨ ਨਾ ਆਪਣੇ 12 13 ਜਨਵਰ ਸਾਰੇ ਕੱਲ ਫਾਰਮ ਤੇ ਲੈ ਗਏ ਠੀਕ ਹੈ ਇਹ ਵੀ ਫਾਰਮ ਦੇ ਵਿੱਚ ਹੀ ਹੈ ਜੀ ਠੀਕ ਹੈ ਇਹ ਹਲੇ ਕੁਝ ਕਦਨ ਲੈਂਦੀ ਆ 12 ਕਦਨ ਲੈਂਦੀ ਅੱਗੇ ਆ ਗਿਆ ਵੀਰੇ 10ਵਾਂ ਨੰਬਰ ਹਨਾ ਇਹ ਵੀ ਉਸੇ ਫਾਰਮ ਚ ਹੀ ਆਈ ਆ ਵੀਰੇ ਠੀਕ ਹੈ ਸਾਰਾ ਇਕੱਠੇ ਦੜਾ ਸੌਦਾ ਹੀ ਮਾਰ ਲਿਆ ਹਾਂ ਇਕੱਠੀਆਂ ਲੈਂਦੀ ਠੀਕ ਹੈ ਇਹ ਦਿਨ ਕਿੰਨੇ ਕ ਲੈਂਦੀ ਕੱਚੀ ਲੱਗਦੀ ਥੋੜੀ ਇਹਦੇ ਵੀ ਵੀਰੇ ਇਹ ਮੰਨ ਕੇ ਵੀਰੇ 10 ਤੋਂ 15 ਦਿਨ ਲੈ ਜੂਗੀ ਇਹਨੇ 24 ਤੋਂ 25 ਕਿਲੋ ਦੁੱਧ ਦਿੱਤਾ ਵੀਰੇ 24 25 ਕਿਲੋ ਇਹਨੇ ਦੁੱਧ ਦਿੱਤਾ ਹੈਗਾ ਹੋ ਗਿਆ ਆਪਣੀ ਦਵਾਈ ਉਹਨੇ ਠੀਕ ਹੈ ਸੁਭਰ ਤੋੜ ਕੇ ਦਿਖਾਉਂਦੇ ਨਿਕਲ ਵੀਰ ਦਾ ਬੰਦਾ ਹੀ ਨਹੀਂ ਕਰਿਆ ਅੱਜ ਉਹਦਾ ਕਰਕੇ ਚਵਾਈ ਇਹ ਤੋੜ ਕੇ ਆਪਾਂ ਦਿਖਾ ਨਹੀਂ ਸਕਦੇ ਬਾਕੀ ਵੈਸੇ ਪਸ਼ੂ ਸਾਰੇ ਚੰਗੇ ਹੈਗੇ ਤੇ ਅੱਗੇ ਆ ਗਿਆ ਵੀਰੇ 11ਵਾਂ ਨੰਬਰ ਜਰਸੀਆਂ ਦੋਨੇ ਜਰਸੀਆਂ ਨੇ ਜਿਹੜੀਆਂ ਦੋਨੇ 7-7 ਮਹੀਨੇ ਦੀਆਂ ਠੀਕ ਹੈ ਇਹ ਵੀਰੇ ਦੁੱਧ ਵੀ ਦੇ ਰਹੀਆਂ ਨੇ ਹੁਣ ਠੀਕ ਹੈ ਆਪਾਂ ਡਰਾਈ ਕਰਦੀਆਂ ਨੇ ਇਹਦੇ ਵਿੱਚ ਤਾਂ 12 ਕਿਲੋ ਦੁੱਧ ਹੋਣਾ ਹੋਵੇ ਠੀਕ ਹੈ ਤੇ ਉਹਦੇ ਨੀਚੇ 7-8 ਕਿਲੋ ਵਾਸ਼ ਟਾਈਮ ਠੀਕ ਹੈ ਥਣ ਮਾਲਾ ਵਧੀਆ ਚੋਈ ਕਰਕੇ ਲੈ ਜਾਓ ਹਾਂ ਵੀਰੇ ਪੂਰੀ ਵਧੀਆ ਪ੍ਰੋਪਰ ਜਿਹੜੀ ਮੰਨ ਕੇ ਇਹ ਵੀਰੇ ਉਸੇ ਫਾਰਮ ਦੀਆਂ ਨੇ ਆਪਣੇ ਕੋਲ ਮੰਨ ਕੇ ਤਕਰੀਬਨ 14 ਜਨਵਰ ਆਏ ਨੇ ਕੱਲ ਠੀਕ ਹੈ 14 ਜਨਵਰ ਲਏ ਨੇ ਇੱਕੇ ਫਾਰਮ ਚੋਂ ਜਿਹੜੀ ਬਲੈਕ ਕਾਂ ਉਹ ਅਲੱਗ ਲਈ ਹੋਈ ਆ ਅੱਛਾ ਆ ਸਾਰਾ ਜਿਹੜਾ ਬਾਲ ਖੜਾ ਸਾਰਾ ਲਾਟ ਵੀਰੇ ਆਪਣਾ ਫਾਰਮ ਦਾ ਲਿਆ ਹੋਇਆ ਇਕੱਠੇ ਜਿਹੜਾ ਮਾਰ ਲਿਆ ਹਾਂਜੀ ਸੋਰ ਬਾਕੀ ਮਿਲਕ ਵੇਨ ਦੇਖੋ ਇਹਦੀ ਇਹਨੇ ਬਾਈ ਜੀ ਮਿਲਕ ਵੇਨ ਦੇ ਹਿਸਾਬ ਨਾਲ 12 ਕਿਲੋ ਤੋਕੜ ਦਿੰਦੀ ਹੋਊ ਜਮਾ ਇਹ ਵੀਰੇ ਹੁਣ ਡਰਾਈ ਤੇ ਚੱਲ ਰਹੀ ਆ ਇਹ ਮੰਨ ਕੇ 2 ਮਹੀਨੇ ਦੇ ਮੰਨ ਕੇ ਰਹਿ ਗਏ 7
ਬਾਕੀ ਮਿਲ ਕੇ ਵੀ ਨਹੀਂ ਦੱਸਦੀ ਬੇਦੀ ਬਹੁਤ ਮੋਟੀ ਚੰਗੀ ਇਹਨੇ ਜੀ 28-29 ਕਿਲੋ ਤੋਂ ਪਲੂਨ ਨੇ ਦਿੱਤਾ 6 ਦੰਦ ਇਹ ਮਨ ਕੇ ਜਿਹੜਾ ਸ਼ੋ ਕੁਆਲਿਟੀ ਆ ਜੇ ਫਿਰ ਹਾਂ ਵੀ ਇਹ ਵੀਰੇ ਕੰਪੀਟੀਸ਼ਨ ਵਾਲੇ ਲੈਵਲ ਦੀ ਬੱਚਾ ਮਗਰ ਮੂਰੋ ਦੇ ਰੋ ਪੂਰੀ ਐਨ ਫਿਰ ਰੇਟ ਵੀ ਮੇਰੇ ਹਿਸਾਬ ਨਾਲ ਚੰਗੇ ਹੋਊਗਾ ਰੇਟ ਵੀ ਜੇ ਕੋਈ ਮਨ ਕੇ ਜੋੜਾ ਲੈਣਾ ਹੋਇਆ ਕਿਸੇ ਨੇ ਜੀ ਆਪਾਂ ਜੋੜੇ ਵਾਲਾ ਰੇਟ ਕਰ ਲਾਂਗੇ ਠੀਕ ਹੈ ਕਿਉਂਕਿ ਸਿੰਗਲ ਲੋ ਤਾਂ ਸਿੰਗਲ ਵਾਲਾ ਠੀਕ ਹੈ ਸੋ ਰੇ ਸੀਗੀ ਆਪਾਂ ਕੁਆਲਿਟੀ ਦੇ ਇਹ ਵੀਰੇ ਇਦਾਂ ਦਾ ਤਿਆਰ ਕਰਨ ਵਾਲੀਆਂ ਚੀਜ਼ਾਂ ਨੇ ਇਹ ਆ ਗਈ 11ਵੇਂ ਨੰਬਰ ਤੇ ਨਾ ਸੁਰਾ ਚੰਗੀਆਂ ਬਰੀਡਿੰਗ ਵਾਲੀਆਂ ਬੈੜਾਂ ਹੈਗੀਆਂ ਇੱਦਾਂ ਦੀ ਬੈੜ ਖਰੀਦ ਕੇ ਤੁਸੀਂ ਅੱਗੇ ਮੇਲੇ ਵਗੈਰਾ ਦਾ ਸੁਪਨਾ ਪੂਰਾ ਕਰ ਸਕਦੇ ਹੋ ਅੱਗੇ ਆ ਗਈ ਵੀਰੇ 12ਵਾਂ ਨੰਬਰ ਇਹ ਵੀ ਉਹੀ ਸਾਰਾ ਬੈਟ ਬੈਟਾ ਸੇਮ ਹੈ ਇਹਦਾ ਹਾਂਜੀ ਵੀਰੇ ਬਰੀਡ ਕੁਆਲਿਟੀ ਵੀ ਜਿੰਨੇ ਵੀ ਆਹੀ ਭਾਵੇਂ ਸਿਰਫ ਇੱਕ ਗਾਂ ਇਹਨਾਂ ਦੇ ਵਿੱਚ ਕ੍ਰੋਸ ਆ ਬਾਕੀ ਸਾਰੇ ਬਰੀਡਡ ਦੇ ਪੂਰੇ ਵੀਰੇ ਜਿਹੜੇ ਵੀ ਜਾਨਵਰ ਮੰਨ ਕੇ ਵੀ ਸ਼ੌਂਕ ਦਾ ਤਾਂ ਕੋਈ ਮੁੱਲ ਹੀ ਨਹੀਂ ਹੁੰਦਾ ਜਿਹੜੇ ਨੇ ਮੰਨ ਲੱਗੇ ਤਿਆਰ ਕਰਨੇ ਹੋਈਆਂ ਆਪਣੇ ਘਰੇ 30-30 ਕਿਲੋ ਦੇ ਤੇ ਜਿੱਦਾਂ ਅਗਲਾ ਕਹਿੰਦਾ ਜਰਸੀ ਨਹੀਂ ਦਿੰਦੀ ਇਹ ਪੰਜਾਬ ਵਾਲੀਆਂ ਜਰਸੀਆਂ ਨੇ ਵੀਰੇ ਠੀਕ ਹੈ ਬਾਕੀ ਬਾਡੀ ਵੇਟ ਚੰਗੇ ਨੇ ਸਾਰੀ ਦੁਨੀਆ ਵੇਚਦੀ ਆਪਾਂ ਵੀ ਚਲੋ ਅਗਲਾ ਕਹਿੰਦਾ ਵੀ ਇਹ ਹਿਮਾਚਲ ਵਾਲੀ ਤੇ ਪੰਜਾਬ ਵਾਲੀ ਤੇ ਦਿਨ ਰਾਤ ਦਾ ਫਰਕ ਠੀਕ ਹੈ ਇਹ ਜੇ ਥੱਲੇ ਹੁਣ ਦੁੱਧ ਕਿੰਨਾ ਹੈਗਾ ਇਹ ਥੱਲੇ ਡਰਾਈ ਤੇ ਵੀਰੇ 8 ਕਿਲੋ ਦਾ ਦੂਥਣ ਪਾਸ ਕਰਾਉਂਦੀ ਇਸ ਟਾਈਮ ਤੇ ਕਈ ਵਾਰ ਕੋਈ ਉਹ ਕਰਦਾ ਹੋਇਆ ਠੀਕ ਹੈ ਬਾਕੀ ਇਹ ਵੀਰੇ ਜੋੜਾ ਲੈਣਾ ਹੈ ਤਾਂ ਜੋੜਾ ਦੇ ਦਾਂਗੇ ਆਪਾਂ ਕੱਲੀ ਲੈਣਾ ਕੱਲੀ ਬਰੀਡ ਕੁਆਲਿਟੀ ਬਾਕੀ ਮਿਲਕਿੰਗ ਵਾਲੀਆਂ ਬੱਚੀਆਂ ਨੇ ਮਿਲਕ ਵੈਂਸ ਵਗੈਰਾ ਦੇਖ ਸਕਦੇ ਚੰਗੀਆਂ ਜਾਂਦੀਆਂ ਪਈਆਂ ਖਾਣ ਲਈ ਵੈਸੇ ਉਹਨਾਂ ਦੀ ਬਰੀਡ ਪ੍ਰੋਪਰ ਪੂਰੀ ਹੈ ਠੀਕ ਹੈ ਤੇ ਇਹ ਹੋ ਗਿਆ ਅੱਜ ਆਪਾਂ ਕਿੰਨੇ ਨਾਲ ਦਿਖਾ ਚੁੱਕੇ ਹਾਂ ਟੋਟਲ ਸੋ ਵੀਰੋ ਅੱਜ ਆਪਾਂ ਤੁਹਾਨੂੰ ਕਾਫੀ ਨਾਗ ਚੰਗੇ ਬਰੀਡਿੰਗ ਵਾਲੇ ਕਈ ਵਾਰ ਵੀਰ ਕਹਿੰਦੇ ਤੋਕੜ ਕੱਢਣਾ ਜੀ ਬੱਚੀ ਲੈਣੀ ਹੈ ਹੋਰ ਲੈਣੀ ਹੈ ਤੁਸੀਂ ਇੱਥੇ ਪਹੁੰਚੋ ਤੁਹਾਡੇ ਇੱਕ ਨਾ ਦੋ ਨਾ ਚਾਰ ਕੋਈ ਤਾਂ ਜ਼ਰੂਰ ਪਸੰਦ ਆਊਗਾ ਚੰਗਾ ਵੀਰ ਦਾ ਵਪਾਰ ਦਾ ਕੰਮ ਆ ਸੋ ਪਹਿਲੇ ਨੰਬਰ ਵਾਲੀ ਸਟਾਰਟਿੰਗ ਦਿਖਾਈ ਆਪਾਂ ਤਾਜ਼ੀ ਸੱਜਣ ਸੂਈ ਹੋਈ ਅਤੇ ਬਾਕੀ ਵਿੱਚ ਕੱਢਣਾ ਮਾਲ ਸਾਰਾ ਡਰਾਈ ਹੋਣ ਦੀ ਕਦਾਰ ਦੇ ਵਿੱਚ ਜਰਸੀਆਂ ਬਹੁਤ ਚੰਗੀਆਂ ਟੋਪ ਕਲਾਸ ਇਹਨਾਂ ਦਾ ਆਪਾਂ ਅੱਗੇ ਬਰੀਡ ਤਿਆਰ ਕਰ ਸਕਦੇ ਹਾਂ ਉਹ ਚੰਗੀਆਂ ਕਿਉਂਕਿ ਫਾਰਮ ਦੇ ਵਿੱਚ ਹੋਈਆਂ ਬੈਕਗਰਾਊਂਡ ਵੀ ਚੰਗਾ ਹੀ ਹੋਊ ਸਾਰਾ ਬਾਇਓਡਾਟਾ ਤੁਹਾਨੂੰ ਮਿਲੂਗਾ 95-308-0-1950 ਫੋਨ ਚੱਕੋ ਅਤੇ ਕੰਟੈਕਟ ਕਰੋ ਅਤੇ ਗਾਂਜਾ ਖਰੀਦੋ ਵੀਡੀਓ ਦੇਖਣ ਸਭ ਦਾ ਤਹਿ ਦਿਲ ਤੋਂ ਧੰਨਵਾਦ।